ਮੈਂ ਦੇਖੋ ਜਾਂ ਸਿੱਖ ਵਿਰੋਧੀ ਉਹ ਦੱਸਦਾ ਭਾਈ ਸਾਡੇ ਪੰਜਾਬ ਵੱਲੋਂ ਸਿੱਖ ਵਿਰੋਧੀ ਹੈ, ਭਗਵੰਤ ਮਾਨ ਸਰਕਾਰ ਸਿੱਖ ਵਿਰੋਧੀ ਹੈ। ਨਹੀਂ ਮੈਨੂੰ ਕਿਉਂ ਰੁਕਿਆ ਯਾਰ, ਮੈਨੂੰ ਸਕਿਉਰਟੀ ਕੀ ਹੈ, ਮੇਰੀ ਸਕਿਉਰਟੀ ਆਪਦੀ ਹੈਗੀ ਮੇਰੇ ਸੈਂਟਰ ਦੀ। ਉਹ ਸਰ ਸਰ ਉਹ ਯਾਰ ਆ ਜਾਓ ਯਾਰ, ਤੁਸੀਂ ਯਾਰ ਮੈਨੂੰ ਯਾਰ ਰੁਕ ਜਾਓ ਸਰ, ਮੇਰੀ ਗੱਲ ਥੋੜੀ ਰੋਕ ਰਿਹਾ ਮੈਨੂੰ ਯਾਰ, ਸਾਰੀ ਪਬਲਿਕ ਰੋਕ ਲਓ ਤੁਸੀਂ ਮੈਨੂੰ, ਕਿਹੜੀ ਅਥਾਰਟੀ ਦੇ ਦਿਓ ਸਰ, ਅਥਾਰਟੀ ਦੱਸੋ ਯਾਰ। ਉਹ ਸਰ ਹੈ ਨਹੀਂ ਗਾ, ਮੈਂ ਇਕੱਲਾ ਜਾਂਦਾ, ਨਹੀਂ ਰੁਕਦੇ ਹੁਣ ਦੱਸੋ ਮੈਂ ਜੀ ਕੋਈ ਕਾਹਦੇ ਵਾਸਤੇ ਤੁਸੀਂ ਕਿਉਂ ਆਇਆ, ਡਿਊਟੀ ਲੱਗੀ ਹੈ, ਕਾਹਦੇ ਵਾਸਤੇ ਲੱਗੀ ਹੈ, ਇੱਥੇ ਹੀ ਕੋਈ ਗੱਲ ਨਹੀਂ। ਨਹੀਂ 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 ਨਹੀਂ, ਡਿਊਟੀ ਕੋਈ ਆਪਾਂ ਅੱਤਵਾਦੀ ਹੈ ਕਿ ਗੈਂਗਸਟਰ ਫੜਨਾ ਆਇਓ, ਕਿਉਂ ਫੜਨਾ ਆ, ਆਪਾਂ ਥਾਣੇ ਚਲੇ ਜਾਂਦੇ ਹਾਂ ਜਿਹੜੇ ਕੋਈ ਫੜਨਾ ਅੱਤਵਾਦੀਆਂ। ਹਾਂ ਨਹੀਂ ਨਹੀਂ, ਫਿਰ ਆਪਾਂ ਕਿਉਂ ਰੋਕ ਰਹੇ ਹਾਂ ਜੀ ਗੁਰਪੁਰਬ ਆ ਸਿੱਖਾਂ ਦਾ, ਤੁਸੀਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ? ਹਾਂ ਨਹੀਂ ਨਹੀਂ, ਇੱਕ ਮਿੰਟ, ਤੁਸੀਂ ਖੁਦ ਸਿੱਖ ਹੋ ਕੀ ਫਿਰ ਭਗਵੰਤ ਮਾਨ ਸਰਕਾਰ ਸਿੱਖ ਵਿਰੋਧੀ ਹੈ? ਅੱਜ ਦਸਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਆ, ਅਸੀਂ ਆਪਣੇ ਅੱਜ ਇੱਕ ਹਿੰਦੂ ਸਮਾਜ ਦਾ ਜੋ ਭਗਵਾਨ ਸ਼੍ਰੀ ਰਾਮ ਜੀ ਦਾ ਪ੍ਰੋਗਰਾਮ ਆ 2 ਵਜੇ, ਅਸੀਂ ਉੱਥੇ ਜਾਣਾ ਅਤੇ ਤੁਸੀਂ ਆ ਕੇ ਰੋਕਣਾ ਗੇ, ਲਿਆਓ ਗੱਲ ਕਰਾਓ, ਕੌਣ ਕਿਹੜੀ ਅਥਾਰਟੀ ਆ, ਗੱਲ ਕਰਾਓ ਮੇਰੀ, ਲਿਆਓ ਸਪੀਕਰ ਲਾਓ, ਗੱਲ ਕਰਾਓ। ਹੈਲੋ, ਆ ਫਿਰ ਕਰਿਓ ਗੱਲ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਉਹ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ। ਨਹੀਂ ਨਹੀਂ, ਦੇਖੋ ਨਾ, ਇਹ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ, ਦੱਸੋ ਪਹਿਲਾਂ ਮੈਨੂੰ। ਨਹੀਂ, ਐਸ ਐਚ ਓ ਸਾਹਿਬ ਕਾਹਦੇ ਵਾਸਤੇ ਆਇਆ ਸੀਗਾ ਜੀ? ਨਹੀਂ 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 ਨਹੀਂ, ਦੇਖੋ ਤੁਸੀਂ ਸਕਿਉਰਟੀ ਵਧਾ ਦਿਓ, ਜਦੋਂ ਪਹਿਲਾਂ ਮੈਨੂੰ ਤੁਸੀਂ 7 ਮਹੀਨੇ ਤੁਸੀਂ ਪਹਿਲਾਂ ਮੈਨੂੰ ਬੰਦ ਰੱਖਿਆ ਘਰੇ, ਉਦੋਂ ਮੇਰੀ ਬਾਅਦ 'ਚ ਜਦੋਂ ਗੱਲ ਠੰਡੀ ਪੈ ਗਈ ਸਕਿਉਰਟੀ ਚੱਕ ਲਈ ਮੇਰੀ, ਇਹ ਫਿਰ ਕੀ ਇਹ ਤੁਹਾਡੇ ਕੋਲ ਲਿਖਤੀ ਆਰਡਰ ਹੈਗੇ ਆ ਮੈਨੂੰ ਘਰੇ ਬੰਦ ਕਰਨ ਦੇ? ਮੈਨੂੰ ਦੱਸ ਦਿਓ ਤੁਸੀਂ ਬਸ। ਨਹੀਂ ਨਹੀਂ, ਸੇਫ ਨੂੰ ਮੇਰੇ ਕੋਲ ਦੇਖੋ, ਗ੍ਰਹਿ ਮੰਤਰਾਲੇ ਨੇ ਮੈਨੂੰ, ਕੇਂਦਰ ਸਰਕਾਰ ਨੇ ਮੈਨੂੰ ਸੁਰੱਖਿਆ ਦਿੱਤੀ ਆ 22+। ਨਹੀਂ ਨਹੀਂ ਨਹੀਂ, ਮੈਨੂੰ ਬੰਦ ਕਿਉਂ ਕੀਤਾ ਜਾ ਰਿਹਾ, ਮੈਨੂੰ ਕਿਹੜੀ ਖੁਸ਼ੀ ਬੰਦ, ਮੈਂ ਆਪਦੀ ਰੋਟੀ ਪਾਣੀ ਵੀ ਨਹੀਂ ਕਮਾਉਣੀ? ਨਹੀਂ ਸਰ ਦੇਖੋ, ਫਿਰ ਮੈਂ ਮਾਨਜੋ ਹਾਈਕੋਰਟ ਜਾਊਂਗਾ, ਮੈਂ ਮਾਨਜੋ ਹਾਈਕੋਰਟ, ਤੁਸੀਂ ਫਿਰ ਮੁੱਕਰ ਜਾਣਾ ਉੱਥੇ ਕੋਰਟ 'ਚ ਵੀ ਮੈਂ ਅਸੀਂ ਨਹੀਂ ਬੰਦ ਕੀਤਾ, ਮੈਂ ਮਾਨਜੋ ਹਾਈਕੋਰਟ ਜਾਊਂਗਾ। ਨਹੀਂ ਨਹੀਂ, ਅਸੀਂ ਲੈਣੀ ਨਹੀਂ, ਅਸੀਂ ਤੁਹਾਡੀ ਪੰਜਾਬ ਪੁਲਿਸ ਨਹੀਂ ਲੈਣੀ, ਪੰਜਾਬ ਸਰਕਾਰ ਹੈਗੀ ਆ ਸਿੱਖ ਵਿਰੋਧੀ ਅਤੇ ਪੰਜਾਬ ਪੁਲਿਸ ਸਿੱਖ ਵਿਰੋਧੀ ਆ। ਨਹੀਂ ਜਾਣਾ ਕਿੱਥੇ, ਅਸੀਂ ਸਾਡੇ ਘਰੇ ਪੁਲਿਸ ਕਿਉਂ ਬਿਠਾਈ ਆ, ਸਾਡੇ ਘਰੇ ਪੁਲਿਸ ਕਿਹੜੇ ਅਧਿਕਾਰ 'ਚ ਬਿਠਾਈ ਆ ਸਰ? ਨਹੀਂ 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 ਨਹੀਂ, ਉਹ ਤੁਹਾਡੇ ਨਾਲ ਕਿਤੇ ਲੱਗੇ, ਤਾਂ ਬੰਦੇ ਕੱਲ੍ਹ ਵੀ ACP ਸਾਹਿਬ ਪਰਸੋਂ ਆ ਕੇ ਗਿਆ ਜੀ, ਮਨ ਸਾਹਿਬ 26 ਤਰੀਕ ਤੱਕ ਘਰੇ ਨਹੀਂ ਬਾਹਰ ਨਿਕਲਣਾ ਜੀ, ਕਿਉਂ, ਮੈਂ ਕੋਈ ਅੱਤਵਾਦੀ ਹਾਂ ਜਾਂ ਕੀ ਗੱਲ ਕੀ ਹੈ?
ਨਹੀਂ ਨਹੀਂ ਅਸੀਂ ਸਾਨੂੰ ਕੋਈ ਸਾਨੂੰ ਦੇਖੋ ਸੀ ਪੀ ਸਰ ਨੂੰ ਵੀ ਦੱਸ ਦਿਓ ਤੁਹਾਡਾ ਫੋਨ ਹੈਂਡ ਫਰੀ ਆ, ਵੀਡੀਓ ਬਣ ਰਹੀ ਆ, ਮੈਂ ਮਾਨਜੋ ਹਾਈ ਕੋਰਟ ਜਾਊਂਗਾ ਤੁਹਾਡੇ ਪ੍ਰਸ਼ਾਸਨ ਦੇ ਖਿਲਾਫ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਾਊਂਗਾ। ਨਹੀਂ ਨਹੀਂ ਮੈਨੂੰ ਨਹੀਂ ਚਾਹੀਦੀ, ਮੈਨੂੰ ਤੁਹਾਡੀ ਸਕਿਉਰਟੀ ਨਹੀਂ ਚਾਹੀਦੀ। ਮੁਝੇ ਰੋਕ ਸਕਤੇ ਹੋ ਬਤਾਈਏ ਸੀ ਆਰ ਪੀ ਸਾਹਿਬ, ਆਪ ਕੇਂਦਰ ਸੇ ਆਏ ਹੋ, ਫਿਰ ਇਹ ਕਿਉਂ ਰੋਕ ਰਹੇ ਜੀ? ਨਹੀਂ ਆਪ ਕੇਂਦਰ ਸੇ ਆਏ ਹੋ, ਗ੍ਰਹਿ ਮੰਤਰਾਲਾ ਇੰਡੀਆ ਕਾ ਬਹੁਤ ਬੜਾ ਹੈ, ਇਹ ਪੰਜਾਬ ਪੁਲਿਸ ਕਿਉਂ ਰੋਕ ਰਹੀ ਹੈ? ਅਗਰ ਇਨਕੋ ਸੀ ਆਰ ਪੀ ਪੇ ਕੋਈ ਵਿਸ਼ਵਾਸ ਨਹੀਂ ਹੈ, ਜੋ ਗ੍ਰਹਿ ਮੰਤਰਾਲਾ ਹੈ, ਇੱਕ ਸੀ ਆਰ ਪੀ ਬਹੁਤ ਬੜੀ ਹੋਤੀ ਹੈ, ਕੇਂਦਰੀ ਜੋ ਹਮਾਰੇ ਮਾਨਨੀਏ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜਾਂ ਔਰ ਲੋਕੋ ਕੇ ਪਾਸ ਹੈ, ਜਾਂ ਬਾਈ ਪਲੱਸ ਦੇ ਦਿਆ, ਫਿਰ ਉਨਕੋ ਕੋਈ ਲਿਖਤੀ ਮੇਰੇ ਕੋ ਆਰਡਰ ਦੇ ਦਿਓ, ਮੈਂ ਨਹੀਂ ਜਾਊਂਗਾ, ਲਿਖਤੀ ਤੋਂ ਆਰਡਰ ਮੇਰੇ ਕੋ ਦਿਓ ਨਾ ਕਮ ਸੇ ਕਮ। ਉਹ ਮਹਾਰਾ ਮੈਂ ਕਿਉਂ ਐਸ ਐਚ ਓ ਨਾਲ ਯਾਰ ਗੱਲ ਕਰਾਂ? ਮੈਂ ਕਹਿੰਦਾ ਨੌਕਰ ਨਹੀਂ ਹੈਗਾ, ਭਗਵੰਤ ਮਾਨ ਨੂੰ ਥਰੈਟ ਆਈ ਆ, ਭਗਵੰਤ ਮਾਨ ਕੋਲ ਤਾਂ ਤੁਸੀਂ ਰੁਕਦੇ ਨਹੀਂ, ਡੀ ਜੀ ਪੀ ਗੌਰਵ ਯਾਦਵ ਧਮਕੀ ਆਈ ਆ, ਉੱਥੇ ਗੱਲ ਕਰੋ ਨਾ, ਇੱਕ ਗੁਰਸਿਮਰਨ ਸਿੰਘ ਨੂੰ ਰੁਕਿਆ ਜਾ ਰਿਹਾ, ਆ ਜਾਓ ਮੇਰੇ ਨਾਲ, ਮੈਨੂੰ ਰੋਕ ਨਾ ਦਿਖਾਓ, ਮੈਂ ਨਹੀਂ ਖੜੂੰਗਾ ਯਾਰ, ਮੈਨੂੰ ਯਾਰ ਮੈਂ ਕੋਈ ਅੱਤਵਾਦੀ ਨਹੀਂ ਹੈਗਾ ਯਾਰ, ਮੈਨੂੰ ਥਾਣੇ ਲੈ ਚਲੋ ਯਾਰ, ਥਾਣੇ ਚਲੋ, ਮੈਨੂੰ ਕੋਈ ਰੁਕਿਆ ਜਾ ਰਿਹਾ, ਮੈਨੂੰ ਕੋਈ ਰੁਕਿਆ ਜਾ ਰਿਹਾ, ਚੱਕ ਲੈਂਦੀ ਆ ਬਚਾ ਯਾਰ ਮੈਨੂੰ, ਮੈਂ ਖੁਦ ਮਰਨ ਨੂੰ ਤਿਆਰ ਆ ਯਾਰ, ਮੈਨੂੰ ਨਹੀਂ ਤੁਹਾਡੀ ਪੰਜਾਬ ਪੁਲਿਸ ਚਾਹੀਦੀ। ਮੈਂ ਸਰ ਕੀਤੀ ਹੁਣੀ ਗੱਲ ਉਹਨਾਂ ਨਾਲ ਵੀ ਕਰਾਤੀ ਆ, ਇਹ ਕਹਿੰਦੇ ਮੇਰੀ ਗੱਲ ਕਰਾ ਦਿਓ, ਕੋਲੇ ਖੜੇ ਸੀਗੇ। ਓਕੇ ਅੱਛਾ ਜੀ ਠੀਕ ਆ ਸਰ, ਆ ਜਾਓ ਮੈਨੂੰ ਲਿਖਤੀ ਆਰਡਰ ਦੇ ਦਿਓ ਭਾਜੀ, ਮੈਨੂੰ ਲਿਖਤੀ ਆਰਡਰ ਦੇ ਦਿਓ, ਲਿਖਤੀ ਆਰਡਰ ਦਿਓ, ਸਾਡੇ ਬੰਦੇ ਵੀ ਵੀਡੀਓ ਬਣ ਰਹੀ ਹੈ, ਅਸੀਂ ਮਾਨਜੋ ਹਾਈਕੋਰਟ ਜਾਊਂਗਾ ਮੈਂ। ਮੈਂ ਦੇਖੋ ਜਾਂ ਸਿੱਖ ਵਿਰੋਧੀ ਹੋ ਦੱਸਦਾ ਭਾਈ, ਸਾਡੇ ਪੰਜਾਬ ਵੱਲੋਂ ਸਿੱਖ ਵਿਰੋਧੀ ਹੈ, ਭਗਵੰਤ ਮਾਨ ਸਰਕਾਰ ਸਿੱਖ ਵਿਰੋਧੀ ਹੈ, ਨਹੀਂ ਮੈਨੂੰ ਕਿਉਂ ਰੁਕਿਆ ਯਾਰ? ਮੈਨੂੰ ਸਕਿਉਰਟੀ ਕੀ ਯਾਰ, ਮੇਰੀ ਸਕਿਉਰਟੀ ਆਪਦੀ ਹੈਗੀ ਮੇਰੇ ਕੋਲ ਸੈਂਟਰ ਦੀ। ਉਹ ਸਰ ਸਰ ਉਹ ਯਾਰ ਆ ਜਾਓ ਯਾਰ, ਤੁਸੀਂ ਯਾਰ ਮੈਨੂੰ ਕਿਉਂ ਰੁਕਿਆ ਯਾਰ, ਇਕੱਲਾ ਹੀ ਆ ਮੈਂ, ਨਹੀਂ ਮੈਨੂੰ ਕਿਉਂ ਰੁਕਿਆ ਯਾਰ, ਦੱਸੋ ਉਹ ਆ ਜਾਓ ਸਰ, ਜਾ ਰਹੀ ਆ ਥੋੜ੍ਹਾ ਬਾਹਰ, ਹੁਣ ਮੈਂ ਗੱਬੀ ਸਰ ਨਾਲ ਵੀ ਗੱਲ ਕੀਤੀ, ਇਕੱਲਾ ਮੈਂ ਸੁਚਰ ਰਹਾ ਹੁਣ, ਨਹੀਂ ਰੋਕ ਦਿਓ। ਉਹ ਨਹੀਂ ਯਾਰ ਜਾਂਦੇ ਫਿਰ ਵਾਲੀ ਨੇ, ਆ ਜਾਓ ਰੁਕ ਜਾਓ ਸਰ, ਮੇਰੀ ਗੱਲ ਸੁਣੋ, ਮੈਨੂੰ ਨਹੀਂ ਆ ਕਹਿੰਦਾ, ਕਿਹੜੀ ਤੁਹਾਡੀ ਰੋਕ ਰਿਹਾ ਮੈਨੂੰ ਯਾਰ, ਸਾਰੀ ਪਬਲਿਕ ਰੋਕ ਲਓ ਤੁਸੀਂ, ਮੈਨੂੰ ਕਿਹੜੀ ਅਥਾਰਟੀ ਦੇ ਦਿਓ ਸਰ, ਅਥਾਰਟੀ ਦੱਸੋ ਯਾਰ, ਉਹ ਸਰ ਹੈ ਨਹੀਂ, ਮੈਂ ਇਕੱਲਾ ਯਾਰ ਨਹੀਂ ਰੁਕਦੇ, ਹੁਣ ਦੱਸੋ ਮੈਂ ਕਿਹਾ ਜੀ, ਮੈਨੂੰ ਧੱਕੇ ਕਿਉਂ ਮਾਰ ਰਹੇ ਹੋ ਯਾਰ, ਮੈਨੂੰ ਧੱਕੇ ਕਿਉਂ ਮਾਰ ਰਹੇ ਯਾਰ ਤੁਸੀਂ ਯਾਰ, ਨਹੀਂ ਮਾਰ ਰਹੇ ਯਾਰ,
ਮੈਂ ਕਿਹਾ ਰੁਕਾ ਯਾਰ, ਕਾਹਦੇ ਬਾਅਦ ਰੁਕਾ, ਮੈਂ ਕਿਹਾ ਰੁਕਾ ਯਾਰ, ਮੇਰਾ ਕਿਹਾ ਯਾਰ, ਮੈਨੂੰ ਥਾਣੇ ਬੰਦ ਕਰਦੇ ਯਾਰ, ਥਾਣੇ ਬੰਦ ਕਰ ਯਾਰ, ਥਾਣੇ ਕਰਾਉਂਦੇ, ਥਾਣੇ ਬੰਦ ਕਰੋ ਯਾਰ।